ਉਦਾਸੀਨ ਆਸ਼ਰਮ ਡੇਰਾ ਬਾਬਾ ਭੋਲਾ ਤਾਮਸ਼ਪੁਰਾ ਨੇੜੇ ਰਤੀਆ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਵਿਖੇ ਸ੍ਰੀ ਮਾਨ ਸੰਤ ਬਾਬਾ ਗੰਗਾ ਦਾਸ ਜੀ ਮਹਾਰਾਜ ਜੀ ਦੀ 13ਵੀਂ ਸਾਲਾਨਾ ਬਰਸੀ ਅਸਥਾਨ ਦੇ ਮੌਜੂਦਾ ਗੱਦੀ ਰਸ਼ੀਨ ਮਹੰਤ ਬਾਬਾ ਹੰਸ ਦਾਸ ਜੀ ਮਹਾਰਾਜ ਦੀ ਦੇਖਰੇਖ ਹੇਠ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਮਾਗਮਾਂ ਮੌਕੇ ਆਰੰਭੇ ਪਾਠਾਂ ਦੇ ਭੋਗ ਪਾਏ ਗਏ। ਪੰਥਕ ਪ੍ਰਸਿੱਧ ਢਾਡੀ ਜਥਿਆਂ ਨੇ ਸੰਗਤਾਂ ਨੂੰ ਲੰਬਾ ਸਮਾਂ ਗੁਰੂ ਇਤਿਹਾਸ ਨਾਲ ਜੋੜੀ ਰੱਖਿਆ। ਇਸ ਮੌਕੇ ਮੰਤ ਰਾਮਦਾਸ ਜੀ ਜੌਲਾ, ਮੰਤ ਮਿੱਠੂ ਦਾਸ ਜੀ ਚੱਕੂਆਣਾ, ਮੰਤ ਪ੍ਰੇਮਦਾਸ ਜੀ ਲੱਡਾ, ਮੰਤ ਭਗਵਾਨ ਦਾਸ ਜੀ ਚੱਕੂਆਣਾ, ਮੰਤ ਪ੍ਰੇਮਦਾਸ ਜੀ ਹਮੀਦੀ, ਮੰਤ ਕੇਵਲਦਾਸ ਜੀ ਡੇਰਾ ਹੱਕ ਤਲਾ ਸਰਦੂਲਗੜ੍ਹ, ਮੰਤ ਹੰਸਦਾਸ ਜੀ ਅਲਾਲ, ਮੰਤ ਪੂਰਨਦਾਸ ਜੀ ਸੁਲਤਾਨਪੁਰ, ਮੰਤ ਰਵੇਸ਼ਵਰ ਦਾਸ ਜੀ ਛਾਪਾ ਤੋਂ ਇਲਾਵਾ ਸ੍ਰੀ ਮਹੰਤ ਦਰਸ਼ਨ ਦਾਸ ਜੀ ਫੇਰੂਪੁਰ ਵਾਲੇ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਭੋਗ ਪੈਣ ਉਪਰੰਤ ਅਰਦਾਸ ਬੇਨਤੀਆਂ ਅਤੇ ਆਰਤੀ ਵੀ ਕੀਤੀ ਗਈ, ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਸੇਵਾ ਮਨ ਜੋੜ ਦੇ ਸੇ
ਸਾਡੇ ਰਿਪੋਰਟਰ ਗੌਰਵ ਕਰ ਸ਼ੇਪਰ ਨਾਲ ਗੱਲਬਾਤ ਕਰਦੇ ਆ। ਮੰਤ ਹੰਸਦਾਸ ਜੀ ਤਾਮਸਪੁਰਾ, ਮੰਤ ਰਾਮਦਾਸ ਜੀ ਜੌਲਾ, ਸੰਤ ਹਰਕਾਦਾਸ ਜੀ, ਬਾਬਾ ਪ੍ਰੇਮ ਸਿੰਘ ਜੀ ਗੁਰੂ ਘਰ ਵਾਲੇ, ਪੰਡਿਤ ਵਿਨੋਦ ਕੁਮਾਰ ਜੀ ਨੇ ਆਪਣੇ ਵਿਚਾਰ ਰੱਖੇ। ਉਦਾਸੀਨ ਸੰਪਰਦਾ ਦੇ ਸੂਰਜ, ਪੂਜਿਆ ਗੁਰੂ ਦੇਵ ਸ਼੍ਰੀ ਸ਼੍ਰੀ 108 ਸੰਤ ਗੰਗਾ ਦਾਸ ਮਹਾਰਾਜ ਜੀ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪਰੋਪਕਾਰ ਲਈ ਧਰਮ ਸਥਾਨਾਂ ਦੀ ਸੇਵਾ ਕੀਤੀ, ਜਿਨ੍ਹਾਂ ਦੀ ਅੱਜ 13ਵੀਂ ਵਰਸੀ ਦੇ ਸੰਬੰਧ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ। ਅੱਜ 13ਵੀਂ ਵਰਸੀ ਦੇ ਸੰਬੰਧ ਵਿੱਚ 30 ਸ੍ਰੀ ਅਖੰਡ ਪਾਠਾਂ ਦੇ ਭੋਗ ਅਤੇ ਹਵਨ ਜੱਗ ਕਰਵਾਏ ਗਏ ਹਨ। ਇਸੇ ਤਰ੍ਹਾਂ ਇਹ ਜੋੜ ਮੇਲਾ ਸਰਬੱਤ ਨਗਰ ਤਾਮਸਪੁਰਾ ਔਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸੋ ਆਏ ਹੋਏ ਸੰਤ ਮਹਾਂਪੁਰਖਾਂ ਅਤੇ ਸਮੂਹ ਸੰਗਤਾਂ ਦਾ, ਪਾਠੀ ਜਨਾਂ ਦਾ ਬਹੁਤ ਬਹੁਤ ਧੰਨਵਾਦ। ਬਾਬੇ ਭੋਲਾ ਜੀ ਦੇ ਸਥਾਨ 'ਤੇ ਜੋ ਵਰਤਮਾਨ ਗੱਦੀ ਨਸੀਨ ਸੰਤ ਬਾਬਾ ਹੰਸਦਾਸ ਜੀ ਮਹਾਰਾਜ, ਉਹਨਾਂ ਦੀ ਸਰਪ੍ਰਸਤੀ ਹੇਠ ਇਹ ਸਮਾਗਮ, ਸਲਾਨਾ ਸਮਾਗਮ ਮਨਾ ਰਹੀਆਂ ਨੇ ਸੰਗਤਾਂ ਪਿੰਡ ਤਾਮਸਪੁਰੇ ਦੀਆਂ ਤਥਾ ਲਵੇ ਲਾਉਣੇ ਗਾਮਾਂ ਦੀਆਂ ਸਾਰੀਆਂ ਹੀ ਸੰਗਤਾਂ ਸਾਲਾਨੇ ਸਮਾਗਮ ਨੂੰ ਮਨਾਉਂਦਿਆਂ, ਜੋ ਇਸ ਸਮੇਂ ਬਹੁਤ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ 'ਚੋਂ ਮਹਾਂਪੁਰਸ਼ ਸੰਤ ਮਹਾਤਮਾ ਪਹੁੰਚੇ ਹਨ, ਜਿਨ੍ਹਾਂ ਵਿੱਚ ਸਾਡੇ ਬੜੇ ਹੀ ਮਹਾਂਪੁਰਸ਼ ਸੰਤ ਦਰਸ਼ਨਦਾਸ ਜੀ ਹਰਿਦੁਆਰ ਫੇਰੂਪੁਰ ਦੇ ਸ੍ਰੀ ਮਹੰਤ, ਹੋਰ ਵੀ ਬੇਅੰਤ ਮਹੰਤ, ਮਹੰਤ ਪ੍ਰੇਮਦਾਸ ਜੀ ਲੱਡਾ, ਮਹੰਤ ਮਿੱਠੂਦਾਸ ਜੀ ਚੱਕੂਆਣਾ, ਮਹੰਤ ਪੂਰਨਦਾਸ ਜੀ ਸੰਤਾਨਪੁਰ, ਮਹੰਤ ਰਾਮਦਾਸ ਜੀ ਜੌਲਾਂ ਤਥਾ ਹੋਰ ਵੀ ਬੇਅੰਤ ਸੱਜਣ, ਅਸੀਂ ਗੁਰੂ ਭਾਈ ਪਹੁੰਚੇ ਹਾਂ ਇਸ ਸਥਾਨ 'ਤੇ। ਸੋ ਜਿੰਨੇ ਵੀ ਸੰਤ ਮਹਾਂਪੁਰਸ਼ ਇਸ ਸਥਾਨ 'ਤੇ ਪਹੁੰਚੇ ਹਨ, ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਮਹੰਤ ਹੰਸਦਾਸ ਜੀ ਵੱਲੋਂ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਪ੍ਰਭ ਕਾ ਸਫਲ ਘਰ, ਪ੍ਰਭ ਕਾ ਸਫਲ ਘਰ, ਪ੍ਰਭ ਕਾ ਸਫਲ ਘਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਵਧੇਰੇ ਜਾਣਕਾਰੀ
ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301।